ਸਾਤਰੀਆ ਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਖਬਰਾਂ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਹਾਂ ਮੈਂ ਹਾਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਇਹ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਹੈ ਇੰਡੋ ਸਪਾਈਸ ਵਰਲਡ ਤੇ ਮਨੀਗ੍ਰਾਮ ਨੇ ਟਾਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਸਬ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਦੀ ਗੱਲ ਕਰਦੇ ਆਂ ਜੀ 5 ਮਹੀਨਿਆਂ ਦਾ ਲੇਖਾ ਜੋਖਾ ਪੰਜਾਬ ਸਰਕਾਰ ਨੇ ਲੋਕਾਂ ਦੇ ਮੋਹਰੇ ਰੱਖ ਦਿੱਤਾ ਜੀ ਰਿਪੋਰਟ ਕਾਰਡ ਬਿਲਕੁਲ ਜੀ 5 ਮਹੀਨੇ ਦਾ ਲੇਖਾ ਜੋਖਾ ਤੇ ਪੰਜਾਬ ਦੇ 5 ਮੰਤਰੀਆਂ ਨੇ মিডিਏ ਦੇ ਮੋਹਰੇ ਰੱਖਿਆ ਅਸਲ ਦੇ ਵਿੱਚ ਤੇ মিডিਏ ਦੇ ਰਾਹੀਂ ਲੋਕਾਂ ਤੱਕ ਪਹੁੰਚੇ ਜਾਣਾ ਲੰਘੇ ਕੱਲ ਪੰਜਾਬ ਦੇ 5 ਮੰਤਰੀ ਜਿਹੜੇ ਉਹਦੇ ਵਿੱਚ ਚੇਤਨ ਸਿੰਘ ਜੋੜਾ ਮਾਜਰਾ ਉਹਦੇ ਵਿੱਚ ਹਰਜੋਤ ਸਿੰਘ ਬੈਂਸ ਹਰਪਾਲ ਸਿੰਘ ਚੀਵਾ ਹਰਭਜਨ ਸਿੰਘ ਈਟੀਓ ਤੇ ਕੁਲਦੀਪ ਸਿੰਘ ਧਾਲੀਵਾਲ ਇਨਾ ਪੰਜ ਮੰਤਰੀਆਂ ਦੇ ਵੱਲੋਂ ਪੰਜਾਬ ਦਾ ਪੰਜ ਮਹੀਨੇ ਦਾ ਲੇਖਾ ਜੋਖਾ ਪੇਸ਼ ਕੀਤਾ ਗਿਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਦੇ ਵਿੱਚ ਸਭ ਕੁਝ ਠੀਕ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਜਿਹੜੀ ਤਾਣੀ ਹੁਣ ਤੱਕ ਉਲਗੀ ਹੋਈ ਹੈ, ਜਿਹੜੀ ਕਦੇ ਕਿਸੇ ਨੇ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਉਹਦੇ ਬਾਬਤ ਅਸੀਂ ਦਿਨ ਰਾਤ ਇੱਕ ਕਰ ਰਹੇ ਹਾਂ। ਹਰਪ੍ਰਿੰਦਰ ਸਿੰਘ ਈਟੀਓ ਨੇ ਇਹ ਗੱਲ ਕਹੀ ਹੈ ਜੀ ਕਿ ਬਿਜਲੀ ਸਬਸਿਡੀ ਦੇ ਨਾਲ ਸਰਕਾਰ ਨੂੰ 18000 ਤੇ 317 ਕਰੋੜ ਰੁਪਏ ਖਰਚ ਕਰਨਾ ਪੈ ਰਿਹਾ ਹੈ। 1 ਜੁਲਾਈ ਤੋਂ ਸ਼ੁਰੂ ਹੋਈ 600 ਯੂਨਟ ਮੁਫਤ ਬਿਜਲੀ ਨਾਲ ਸਰਕਾਰ ਤੇ 5629 ਕਰੋੜ ਦਾ ਬੋਝ ਪੈ ਰਿਹਾ ਪਿਛਲੀਆਂ ਸਰਕਾਰਾਂ ਦੇ 7 ਕਿਲੋਵਾਟ ਤੱਕ 3 ਰੁਪਏ ਬਿਜਲੀ ਮਾਫੀ ਨਾਲ 1278 ਕਰੋੜ ਰੁਪਏ ਦੀ ਸਬਸਿਡੀ ਦੇਣੀ ਪੈ ਰਹੀ ਹੈ ਤੇ ਅਗਲੀ ਗੱਲ ਇਹ ਕਈ ਹੋਰਾਂ ਨੇ ਕਿ ਇੰਡਸਟਰੀਅਲ ਕੰਜ਼ਿਊਮਰ ਦੀ ਸਬਸਿਡੀ ਦੇ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ ਇਹਦੇ ਨਾਲ 2900 ਤੇ 96 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ 5 ਮਹੀਨੇ ਪੂਰੇ ਹੋਣ ਦੇ ਉੱਤੇ ਉਹਨਾਂ ਨੇ ਆਪਣੇ ਵਲਬਲੇ ਜ਼ਾਹਰ ਕੀਤੇ ਆ ਹਰਜੋਤ ਸਿੰਘ ਵੈਂਸ ਜਿਹੜੇ ਕਿ ਪੰਜਾਬ ਦੇ ਸਿੱਖਿਆ ਮੰਤਰੀ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਪੰਜਾਬ ਦੇ ਵਿੱਚ 19123 ਸਰਕਾਰੀ ਸਕੂਲ ਆ 12822 ਪ੍ਰਾਈਵੇਟ ਸਕੂਲ ਆ 2648 ਮਿਡਲ ਸਕੂਲ ਆ ਤੇ 1648 ਹਾਈ ਸਕੂਲ ਤੇ 1934 ਸੀਨੀਅਰ ਸੈਕੰਡਰੀ ਸਕੂਲ ਆ ਇਹਨਾਂ ਸਾਰੇ ਸਕੂਲਾਂ ਦਾ ਅਸੀਂ ਸਰਵੇ ਕਰਵਾ ਰਹੇ ਆਂ ਚਾਰ ਕੈਟਾਗਰੀ ਦੇ ਵਿੱਚ ਵੰਡਾਂਗੇ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਦਾ ਖਿਆਲ ਰੱਖਾਂਗੇ ਪੰਜਾਬ ਦੇ ਵਿੱਚ 10% ਸਕੂਲਾਂ ਦੇ ਵਿੱਚ ਵੀ ਬੇਸਿਕ ਟਾਂਜਾ ਨਹੀਂ ਆ 1200 ਸਕੂਲ ਇਹੋ ਜਿਹੇ ਜਿਹੜੇ ਕਿ 2 ਘੰਟੇ ਜੇ ਗਰਮੀ ਪੈ ਜਾਵੇ ਤਾਂ ਉੱਥੇ ਪੜ੍ਹਾਈ ਨਹੀਂ ਹੋ ਸਕਦੀ। ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਜੇਲ੍ਹਾਂ ਦਾ ਵਿਭਾਗ ਵੀ ਕਿਉਂਕਿ ਹਰਜੋਤ ਸਿੰਘ ਵੈਸ ਕੋਲੇ ਆ। ਉਹਨਾਂ ਨੇ ਕਿਹਾ ਜੀ ਕਿ ਜੇਲ੍ਹਾਂ ਦੀਆਂ ਕੰਨਾਂ, ਦਰਖਤਾਂ, ਬਾਥਰੂਮਾਂ, ਫਰਸ਼ ਦੇ ਵਿੱਚੋਂ 2928 ਮੋਬਾਈਲ ਜਿਹੜੇ ਉਹ ਸੀ ਬਰਾਮਦ ਕੀਤੇ ਆ ਤੇ ਹੁਣ ਤੱਕ ਉਹਨਾਂ ਨੇ ਗੱਲ ਕਹੀ ਆ ਜੀ ਕਿ ਪੰਜਾਬ ਦੇ 26000 ਕੈਦੀਆਂ ਦੀ ਮੈਡੀਕਲ ਸਕ੍ਰੀਨਿੰਗ ਕਰਾਈ ਗਈ ਹੈ। 9 ਜੇਲ੍ਹਾਂ ਵਿੱਚ ਨਸ਼ਾ ਛਡਣ ਦਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਤੇ 2600 ਕੈਦੀ ਨਿਸ਼ਾਸਨ ਵਾਸਤੇ ਹਰਬਰ ਤਿਆਰ ਹੋ ਗਿਆ ਫਿਰ ਹਰਪਾਲ ਸਿੰਘ ਚੀਮਾ ਨੇ ਆਪਣੇ ਵਿਭਾਗ ਦੀ ਗੱਲ ਕਹੀ ਹੈ ਉਹਨਾਂ ਨੇ ਇਹ ਗੱਲ ਆਖੀ ਹੈ ਜੀ ਕਿ ਐਕਸਰਸਾਈਜ਼ ਵਿਭਾਗ ਦੇ ਵਿੱਚ ਅਸੀਂ 56% ਵਾਧੇ ਦਾ ਟਾਰਗੇਟ ਫਿਕਸ ਕੀਤਾ ਸੀ 43% ਤੋਂ ਵੱਧ ਦਾ ਵਾਧਾ ਹੋ ਚੁੱਕਿਆ 2021 ਦੇ ਵਿੱਚ ਅਪ੍ਰੈਲ ਤੋਂ ਅਗਸਤ ਤੱਕ 2166 ਕਰੋੜ ਰੁਪਏ ਮਿਲਿਆ ਸੀ ਆਪ ਸਰਕਾਰ ਨੇ ਇਹਨਾਂ ਮਹੀਨਿਆਂ ਦੇ ਵਿੱਚ ਇਹ ਇਨਕਮ 3100 ਤੇ 8 ਕਰੋੜ ਦਾ ਰੈਵਨਿਊ ਮਿਲ ਚੁੱਕਿਆ ਤੇ ਚੇਤਨ ਸਿੰਘ ਜੋੜਾ ਮਾਜਰਾ ਨੇ ਕਿਹਾ ਜੀ ਕਿ 15 ਅਗਸਤ ਤੋਂ ਯਾਨੀ ਕਿ 2 ਦਿਨ ਪਹਿਲਾਂ ਤੱਕ 75 ਮੁਹੱਲਾ ਕਲੀਨਿਕ ਨਹੀਂ ਸਗੋ ਸੀ 100 ਮੁਹੱਲਾ ਕਲੀਨਿਕ ਸ਼ੁਰੂ ਕੀਤੇ ਆ ਆਉਂਦੇ 5 ਸਾਲਾਂ ਦੇ ਵਿੱਚ ਕਪੂਰਥਲਾ ਤੇ ਹੁਸ਼ਿਆਰਪੁਰ ਦੇ ਵਿੱਚ ਦੋ ਨਵੇਂ ਮੈਡੀਕਲ ਕਾਲਜ ਬਣਾਏ ਜਾ ਰਹੇ ਆ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਦੀ ਸਰਕਾਰ ਮਿਹਨਤ ਦੇ ਨਾਲ ਸਭ ਕੁਝ ਕਰ ਰਹੀ ਹੈ ਸੋ ਪੰਜਾਬ ਦੇ 5 ਮੰਤਰੀਆਂ ਦੇ ਵੱਲੋਂ ਆਪੋ ਆਪਣੇ ਮਹਿਕਮੇ ਦੀ ਕਾਰਗੁਜ਼ਾਰੀ ਜਾਂ ਜਿੰਨਾ ਉਹਨਾਂ ਨੂੰ ਗਿਆਨ ਹੈ ਪੰਜਾਬ ਦੇ ਵਿੱਚ ਸਬੰਧਤ ਮਹਿਕਮੇ ਦੇ ਬਾਰੇ ਉਹਨੂੰ ਨਸ਼ਰ ਕੀਤਾ ਪਰ ਤੇਈ ਲੋਕ ਕੇ ਗੱਲ ਕਹਿੰਦੇ ਜੀ ਕਿ ਇਹਨਾਂ ਨੇ ਟਾਈਮ ਟਪਾਇਆ ਡੰਗ ਟਪਾਇਆ ਪਰ ਮੇਰੇ ਖਿਆਲ ਦੇ ਵਿੱਚ ਇਹ ਹੈ ਜੀ ਕਿ ਹੁਣ ਤੱਕ ਵੱਖ-ਵੱਖ ਪਾਰਟੀਆਂ ਦੇ ਜਿਹੜੇ ਮੰਤਰੀ ਸਹਬਾਨ ਉਹ ਤਾਂ ਕਦੇ মিডিਏ ਦੇ ਮੂਹਰੇ ਆਉਂਦੇ ਹੀ ਨਹੀਂ ਸੀ ਜੇ ਪੱਤਰਕਾਰ ਸਵਾਲ ਵੀ ਪੁੱਛਦੇ ਸੀ ਤਾਂ ਉਹ ਰਿੱਤ ਜਾਂਦੇ ਸੀ ਉਹ ਕੇਸੜਵਟ ਕੇ ਪਰੇ ਦੀ ਲੰਘ ਜਾਂਦੇ ਸੀ ਪਰ ਇਹ ਪਹਿਲੀ ਵਾਰ ਹੋਇਆ ਵੀ ਕਿਸੇ ਵਿਭਾਗ ਦੇ ਵੱਲੋਂ ਜਾਂ ਕਿਸੇ ਮੰਤਰੀ ਸਹਬਾਨ ਦੇ ਵੱਲੋਂ ਆਪਣੇ ਵਿਭਾਗ ਦੇ ਵਿੱਚ ਲਈ ਸਾਰੀ ਜਾਣਕਾਰੀ ਦਿੱਤੀ ਗਈ ਹੈ ਸੋ ਇਹ ਨਹੀਂ ਕਹਿ ਸਕਦੇ ਵੀ 5 ਮਹੀਨਾ ਦੇ ਵਿੱਚ ਕੋਈ ਚਮਤਕਾਰ ਕਰਕੇ ਦਿਖਾਇਆ ਪਰ ਗੱਲ ਇਹ ਹੈ ਵੀ ਕੁਝ ਕੰਮ ਹੋਏ ਆ ਤੇ ਕੁਝ ਕੰਮ ਉਵੇਂ ਲਟਕੇ ਆ ਇਹ ਸਮਾਂ ਬਿਆਨ ਕਰੂਗਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੇ 7 ਮਹੀਨੇ ਚ ਹੋਰ ਕੀ ਕਰਦੀ ਮੈਂ 7 ਮਹੀਨੇ ਤਾਂ ਕਹਿਣਾ ਵੀ 7 ਤੇ 5 12 ਤੇ 1 ਸਾਲ ਦੇ ਵਿੱਚ ਪਤਾ ਲੱਗੂਗਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕਿੱਥੇ ਜੇ ਖੜੀ ਆ ਅੱਜ ਬੇਲੋੜੀਆਂ ਸਿੱਪਤਾ ਕਰੀ ਜਾਏਗੀ ਉਹ ਵੀ ਗਲਤ ਹੈ ਤੇ ਅੱਜ ਬੇਲੋੜੀ ਨਿੰਦਿਆ ਕਰੀ ਜਾਏਗੀ ਉਹ ਵੀ ਗਲਤ ਹੈ ਕੁਝ ਕੰਮ ਛੱਗੇ ਵੀ ਹੋਏ ਆ ਕੁਝ ਕੰਮ ਹੋਏ ਹੀ ਨਹੀਂ ਇਹ ਵਕਤ ਬਿਆਨ ਕਰੂਗਾ ਵੀ ਬਣਦਾ ਕੀ ਆ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਪਰ ਜਿਹੜੀ ਇਹ 5 ਮਹੀਨਿਆਂ ਦੀ ਕਾਰਗੁਜ਼ਾਰੀ ਦੱਸੀ ਹੈ ਜੀ ਇਹਨਾਂ ਮੰਤਰੀਆਂ ਨੇ ਲੋਕ ਇਹਦੇ ਤੋਂ ਕਿੰਨੇ ਕ ਸੰਤੁਸ਼ਟ ਨੇ ਲੋਕਾਂ ਤੱਕ ਜਦੋਂ ਇਹ ਗੱਲਾਂ ਪਹੁੰਚੀਆਂ ਨੇ ਤਾਂ ਲੋਕਾਂ ਦੀ ਕਿਹੋ ਜਿਹੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਲੋਕਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਤੇ ਲੋਕਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਬਰਬਲੇ ਆ ਉਹ ਇਹ ਗੱਲ ਕਹਿੰਦੇ ਜੀ ਕਿ ਅਸੀਂ ਹਲੇ ਕੋਈ رائے ਨਹੀਂ ਬਣਾਉਂਦੇ ਦੇਖੋ ਗਾਲ ਦੁੱਪੜ ਕੱਢਣੀ ਮਾੜਾ ਚੰਗਾ ਕਹਿਣਾ ਉਹ ਤਾਂ ਚਲੋ ਸਾਡੇ ਸੁਭਾਅ ਦੇ ਵਿੱਚ ਸ਼ਾਮਿਲ ਗੱਲਾਂ ਆ ਪਰ ਇਹ ਲੋਕ ਵੀ ਹਾਲੇ ਇਸ ਗੱਲ ਨੂੰ ਤੇਲ ਤੇ ਤੇਲ ਦੀ ਧਾਰ ਨੂੰ ਦੇਖ ਰਹੇ ਆ ਵੀ ਭਾਈ ਇਹ ਕਰਦੇ ਕੀ ਆ ਤੇ ਕਰ ਕੀ ਸਕਦੇ ਆ ਹਾਲੇ ਤੱਕ ਤਾਂ ਸਿਰਫ ਤੇ ਸਿਰਫ ਲੋਕ ਵਿਚਾਰ ਬਣਾ ਰਹੇ ਆ ਹਾਲਾਂਕਿ ਕਈ ਲੋਕਾਂ ਦਾ ਵੀ ਕਹਿਣਾ ਜੀ ਕਿ ਕਾਫੀ ਕੁਝ ਸੁਧਰਿਆ ਵੀ ਆ ਕਈ ਲੋਕਾਂ ਦਾ ਇਹ ਕਹਿਣਾ ਵੀ ਸੁਧਰਿਆ ਘੱਟਾ ਤੇ ਵਿਗੜਿਆ ਵੱਧਾ ਕਈ ਲੋਕ ਇਹ ਗੱਲ ਕਹਿੰਦੇ ਵੀ ਗੱਲੀ ਬਾਤੀ ਵੱਧ ਕੁਝ ਕੀਤਾ ਜਾ ਰਿਹਾ ਸੋ ਸਭ ਦੇ ਆਪੋ ਆਪਣੇ ਵਿਚਾਰ ਹੈ ਜੀ ਜੀ ਤੇ ਖਬਰਾਂ ਤਾਂ ਇਹ ਵੀ ਆ ਰਹੀਆਂ ਨੇ ਕਿ ਸਰਕਾਰ ਕਹਿੰਦੀ ਹੈ ਕਿ ਹੁਣ ਜਿਹੜੇ ਮੁਹੱਲਾ ਕਲੀਨਿਕਸ ਨੇ ਉਹ ਮੱਲੇ-ਮੱਲੇ ਚ ਖੁੱਲ ਜਾਣੇ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਕਰਨਾ ਹੈ। ਹਾਂ ਬਿਲਕੁਲ ਜੀ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਮੁਹੱਲਾ ਕਲੀਨਿਕਾ ਜਿਹੜੇ ਉਹ ਭਗਵੰਤਮਾਨ ਹੋਰੀ ਵੀ ਕਹਿੰਦੇ ਆ ਤੇ ਬਾਕੀ ਵੱਖ-ਵੱਖ ਨੇਤਾ ਵੀ ਗੱਲ ਕਹਿੰਦੇ ਆ। ਉਹ ਕਹਿੰਦੇ ਜੀ ਕਿ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਅੱਗੇ ਤੋਂ ਅੱਗੇ ਵਧਣਗੇ ਤੇ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜੇ 100 ਮੁਹੱਲਾ ਕਲੀਨਿਕ ਖੋਲੇ ਗਏ ਆ ਇਹਦੇ ਨਾਲ ਪੰਜਾਬ ਦੇ ਵਿੱਚ ਬਹੁਤ ਕੁਝ ਬਦਲਾਅ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲੂਗਾ। ਉਹਨਾਂ ਦਾ ਤਾਂ ਇਹ ਵੀ ਕਹਿਣਾ ਵੀ ਪੰਜਾਬ ਦੇ ਵਿੱਚ ਹੁਣ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਪੈਣੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਬਹੁਤ ਕੁਝ ਅਸੀਂ ਪੰਜਾਬ ਦੇ ਵਿੱਚ ਬਦਲ ਕੇ ਦਿਖਾ ਰਹੇ ਹਾਂ ਇਹ ਕਿੰਨਾ ਕੁ ਬਦਲਦਾ ਕਿਵੇਂ-ਕਿਵੇਂ ਬਦਲਦਾ ਇਹਦੇ ਬਾਰੇ ਤਾਂ ਸਮਾਂ ਬਿਆਨ ਕਰੂਗਾ ਪਰ ਇਸ ਵੇਲੇ ਇਹੀ ਹੈ ਜੀ ਪੰਜਾਬ ਦੇ ਲੋਕਾਂ ਨੂੰ ਜੇਕਰ ਤਸੱਲੀ ਜਨਕ ਤਰੀਕੇ ਦੇ ਨਾਲ ਇਲਾਜ ਪ੍ਰਣਾਲੀ ਮਿਲੇ ਤਾਂ ਉਹਦੇ ਵਰਗੀ ਰੀਸ ਕੋਈ ਨਹੀਂ ਦੇਖੋ ਹੁਣ ਤੱਕ ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਬੁਰਾ ਹਾਲ ਬਹੁਤ ਰਿਹਾ ਹਾਲਾਂਕਿ ਮੈਂ ਕੱਲ ਵੀ ਇੱਕ ਬਿਆਨ ਪੜ੍ਹਿਆ ਉਦੇ ਵਿੱਚ ਆਪਾਂ ਗੱਲ ਜ਼ਿਕਰ ਕੱਲ ਵੀ ਕੀਤਾ ਸੀਗਾ ਪ੍ਰੋਗਰਾਮ ਦੇ ਵਿੱਚ ਵੀ ਕੁਝ ਕੁ ਦਿੱਤਾ ਇਹ ਗੱਲ ਕਹਿੰਦੇ ਕਿ ਪੰਜਾਬ ਦੇ ਵਿੱਚ ਕੈਂਸਰ ਬਹੁਤ ਆ ਪੰਜਾਬ ਦੇ ਵਿੱਚ ਹੋਰ ਬੜੀਆਂ ਸਮੱਸਿਆਵਾਂ ਤੇ ਤੁਸੀਂ ਡਿਸਪੈਂਸਰੀ ਲੈਵਲ ਤੱਕ ਹੀ ਫਿਰਦੇ ਹੋ ਆਪਦੀ ਸਰਕਾਰ ਨੂੰ ਐਮਜ਼ ਦੀ ਤਰਜ਼ ਦੇ ਉੱਤੇ ਆਪਦੀ ਸਰਕਾਰ ਨੂੰ ਪੀਜੀਆਈ ਦੀ ਤਰਜ਼ ਦੇ ਉੱਤੇ ਇਲਾਜ ਕਰਨਾ ਚਾਹੀਦਾ ਪਰ ਦੇਖੋ رائے ਉਹ ਦਿੰਦੇ ਆ ਜਿਨ੍ਹਾਂ ਨੇ ਕਦੇ ਕੁਝ ਨਹੀਂ ਕੀਤਾ ਪਰ ਜਿਨ੍ਹਾਂ ਨੇ ਕੁਝ ਕੀਤਾ ਆਪਾਂ ਉਹਨਾਂ ਨੂੰ ਦੇਖਦੇ ਆ ਵੀ ਭਾਈ ਇਹ ਕਿੰਨਾ ਕੁਝ ਕਰਦੇ ਆ ਪੰਜਾਬ ਦੇ ਵਿੱਚ ਹਰ ਮੁਹੱਲੇ ਚ ਕਲੀਨਿਕ ਖੁੱਲਣ ਦੀ ਗੱਲ ਕੀਤੀ ਗਈ ਸੀ ਪਰ ਹਾਲੇ ਤੱਕ ਤਾਂ ਸਿਰਫ ਸੌਦੀ ਗੱਲ ਹੈ ਇਹਨਾਂ ਸੌਆਂ ਦੀ ਕਾਰਗੁਜ਼ਾਰੀ ਕਿਹੋ ਜੀ ਹੈ ਤੇ ਇਸ ਤੋਂ ਬਾਅਦ ਅਗਲੇ ਕਦੋਂ ਖੋਲੇ ਜਾਣਗੇ ਇਹ ਸਮਾਂ ਦੱਸੂਗਾ ਪਰ ਇਹ ਹੈ ਜੀ ਕਿ ਪਹਿਲੇ ਦਿਨ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਜਿੰਨੇ ਵੀ ਖੁੱਲੇ ਆ ਤੇ ਉੱਥੇ ਭੀੜ ਇੱਕਦਮ ਉਮੜੀ ਆ ਲੋਕ ਬਿਮਾਰ ਆ ਜਿਹੜੇ ਇਲਾਜ ਦੇ ਵਾਸਤੇ ਗਏ ਆ ਕਹਿੰਦੇ ਆ ਕਿ 75 ਤਰ੍ਹਾਂ ਦੀਆਂ ਬਿਮਾਰੀਆਂ ਦੇ ਦਵਾਈਆਂ ਇੱਥੇ ਮਿਲਣਗੀਆਂ ਤੇ ਬਾਕੀ ਦੇਖੋ ਸਮੇਂ ਨੇ ਸਾਰਾ ਕੁਝ ਬਿਆਨ ਕਰ ਦੇਣਾ ਜੀ ਬਿਲਕੁਲ ਸਹੀ ਖੈਰ ਹੁਣ ਗੱਲ ਕਰਦੇ ਆ ਜੀ ਵਿਕਰਮ ਮਜੀਠੀਆ ਹੋਰਾਂ ਦੀ ਕਹਿੰਦੇ ਕਿ ਜਦੋਂ ਤੋਂ ਬਾਹਰ ਆਏ ਨੇ ਚੰਨੀ ਸਾਹਿਬ ਨੂੰ ਬੜਾ ਚੇਤੇ ਕਰ ਰਹੇ ਨੇ ਹਰ ਇੱਕ ਗੱਲ 'ਚ ਚੰਨੀ ਸਾਹਿਬ ਦਾ ਜ਼ਿਕਰ ਜ਼ਰੂਰ ਹੁੰਦਾ ਦੇਖੋ ਗੱਲ ਇਹ ਜੀ ਕਿ ਵਿਕਰਮ ਸਿੰਘ ਮਜੀਠੀਆ ਕਈ ਮਹੀਨੇ ਪਟਿਆਲਾ ਵਾਲੀ ਜੇਲ੍ਹ ਦੇ ਵਿੱਚ ਰਹਿ ਕੇ ਤੇ ਹੁਣ ਬਾਹਰ ਆਏ ਆ ਉਹਨਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਹਰਖ ਵੀ ਹੈ ਉਹ ਕਈ ਹਰਖ ਲੁਕੋ ਕੇ ਵੀ ਫਿਰਦੇ ਹੋਣਗੇ ਇਹ ਸਾਰੀਆਂ ਗੱਲਾਂ ਕੁਦਰਤੀ ਵਰਤਾਰੇ ਦੇ ਤੌਰ ਤੇ ਆ ਹੁਣ ਵੀ ਉਹ ਇੱਕ ਪ੍ਰੋਗਰਾਮ ਦੇ ਵਿੱਚ ਗਏ ਸੀ ਖੜਕੜ ਕਲਾ ਦੇ ਵਿੱਚ ਉਹਨਾਂ ਨੇ ਮੱਥਾ ਟੇਕਿਆ ਸ਼ਹੀਦਾਂ ਦੀ ਮਿੱਟੀ ਨੂੰ ਸਲਾਮ ਕੀਤੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਬਦਲਾ ਲਊ ਭਾਵਨਾ ਤੇ ਮੇਰੇ ਤੇ ਪਰਚਾ ਦਰਜ ਹੋਇਆ ਤੇ ਮਾਨਜੋਗ ਅਦਾਲਤ ਦੇ ਵਿੱਚ ਸਬੂਤ ਕੋਈ ਪੇਸ਼ ਨਹੀਂ ਕਰ ਸਕੇ ਇਸ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ ਜਾਣਾ ਆਉਂਦੇ ਸਮੇਂ ਦੇ ਵਿੱਚ ਵੀ ਭਾਈ ਅਸੀਂ ਕੀ ਕਰਦੇ ਰਹੇ ਹਾਂ ਤੇ ਵਿਰੋਧੀਆਂ ਨੇ ਸਾਡੇ ਨਾਲ ਕੀ ਕੀਤਾ ਫਿਰ ਉਹਨੇ ਤਨਦ ਕਾ ਸਿਆਸਲ ਦੇ ਵਿੱਚ ਉਹ ਕਹਿੰਦੇ ਵੀ ਜਿਹੜਾ ਚਰਨਜੀਤ ਸਿੰਘ ਚੰਨੀ ਸੀ ਸਰਕਾਰ ਸੀ ਜਦੋਂ ਉਹਨਾਂ ਨੇ ਮੇਰੇ ਤੇ ਬਦਲਾ ਲਊ ਤਰੀਕੇ ਨਾਲ ਪਰਚਾ ਦਰਜ ਕੀਤਾ ਵੋਟਾਂ ਦੇ ਮੱਦੇਨਜ਼ਰ ਪਰ ਉਹ ਬੰਦਾ ਹੈ ਕਿੱਥੇ ਜੀ ਦੇ ਵੱਲੋਂ ਕੇ ਮੇਰੇ ਉੱਤੇ ਪਰਚਾ ਦਰਜ ਕਰਵਾਇਆ ਗਿਆ ਤੇ ਦੋ ਦੋ ਥਾਵਾਂ ਤੋਂ ਹਾਰਿਆ ਸਿਟਿੰਗ ਮੁੱਖ ਮੰਤਰੀ ਦੋ ਦੋ ਥਾਵਾਂ ਤੋਂ ਚੋਲੜੀ ਦੋਵਾਂ ਥਾਵਾਂ ਤੋਂ ਹਾਰਿਆ ਤੇ ਬੁਰੇ ਤਰੀਕੇ ਨਾਲ ਹਾਰਿਆ ਇਥੋਂ ਪਤਾ ਲੱਗਦਾ ਜੀ ਕਿ ਲੋਕਾਂ ਦੇ ਨਕਾਰੇ ਹੋਏ ਨੇ ਤਾਂ ਕਿਵੇਂ ਆ ਉਹਨਾਂ ਨੇ ਕਿਹਾ ਜੀ ਕਿ ਪਿੱਛੇ ਜੇ ਫਿਲਮ ਆਈ ਸੀ ਛੱਲਾ ਮੁੜ ਕੇ ਨਹੀਂ ਆਇਆ ਤੇ ਇਹ ਵੀ ਚੰਨੀ ਵੀ ਕਿਹੜਾ ਮੁੜ ਕੇ ਆਇਆ ਤੇ ਜਦੋਂ ਇਹ ਛੱਲਾ ਮੁੜ ਕੇ ਆਇਆ ਬਾਹਰਲੇ ਮੁਲਕ ਦੇ ਵਿੱਚੋਂ ਤੇ ਮੈਂ ਇਹਦੀ ਇੱਕ ਵੀਡੀਓ ਨਸ਼ਰ ਕਰੂੰਗਾ ਉਹਨਾਂ ਨੇ ਕਿਹਾ ਜੀ ਕਿ ਮੇਰੇ ਕੋਲੇ ਇੱਕ ਵੀਡੀਓ ਆ ਉਸ ਵੀਡੀਓ ਰਾਹੀਂ ਪਤਾ ਲੱਗੂਗਾ ਜੀ ਕਿ ਭਾਈ ਇਹ ਬੰਦੇ ਕੀ ਹੈ ਤੇ ਕੀ ਨਹੀਂ ਪੱਤਰਕਾਰਾਂ ਨੇ ਪੁੱਛਿਆ ਜੀ ਕਿ ਉਹ ਕਿਹੜੀ ਵੀਡੀਓ ਆ ਕਿਹੋ ਜੀ ਵੀਡੀਓ ਆ ਕਦੋਂ ਕਰ ਰਿਲੀਜ਼ ਕਰਨੀ ਉਹ ਕਹਿੰਦੇ ਜੀ ਸਮਾਂ ਦਸੂਗਾ ਸਾਰਾ ਕੁਝ ਸਮੇਂ ਨੇ ਸਾਰਾ ਕੁਝ ਬਿਆਨ ਕਰ ਦੇਣਾ ਸੋ ਇਹ ਹੈ ਜੀ ਕਿ ਬਾਕੀ ਵਾਕਈ ਇਹ ਗੱਲ ਸਹੀ ਆ ਵੀ ਸਮਾਂ ਬਿਆਨ ਕਰੂਗਾ ਪਰ ਉਹਦੇ ਚ ਕੀ ਆ ਵੀਡੀਓ ਦੇ ਵਿੱਚ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਇਸ ਗੱਲ ਦੀ ਮੈਨੂੰ ਹੈਰਾਨੀ ਜ਼ਰੂਰ ਆ ਵੀ ਕਦੇ ਵੀ ਕੋਈ ਵੀ ਕਾਂਗਰਸ ਦਾ ਨੇਤਾ ਜਿਹੜਾ ਕਿ ਹਾਰਿਆ ਹੋਇਆ ਭਾਵੇਂ ਉਹ ਮਨਪ੍ਰੀਤ ਬਾਦਲ ਆ ਬਾ ਵੀ ਉਹ ਹੈਗਾ ਜੀ ਇਸ ਵੇਲੇ ਸਰੂ ਸਿੰਘ ਧਰਮਸੋਹ ਚਲੋ ਜੇਲ੍ਹ ਦੇ ਵਿੱਚ ਐ ਭਰਤ ਪੂਸ਼ਣ ਆਸ਼ੂ ਐ ਸੰਗਤ ਸਿੰਘ ਗਿਲਜੀਆਂ ਜਾਂ ਆਪਾਂ ਗੱਲ ਕਰ ਲਈਏ ਚਰਨਜੀਤ ਚੰਨੀ ਹੁਰਾਂ ਦੀ ਇਹ ਹਾਰੇ ਹੋਏਆਂ ਦੇ ਵਿੱਚੋਂ ਕੋਈ ਸਟੈਂਡ ਨਹੀਂ ਲੈ ਰਿਆ ਏਵੇਂ ਲੱਗਦਾ ਵੀ ਜਿਵੇਂ ਬਿਲਕੁਲ ਸਾਹ ਸੱਤ ਹੀਣ ਜੇ ਹੋ ਕੇ ਰਹਿ ਗਏ ਆ ਮਨਪ੍ਰੀਤ ਬਾਦਲ ਹੋਰੀ ਹੁਣ ਵਿਦੇਸ਼ ਦੇ ਵਿੱਚੋਂ ਆਏ ਆ ਉਹ ਸਿੱਧੂ ਦੇ ਪਰਿਵਾਰ ਨੂੰ ਮਿਲੇ ਮੂਸੇ ਵਾਲੇ ਦੇ ਨੂੰ ਤੇ ਇਧਰ ਹੁਣ ਚਰਨਜੀਤ ਸਿੰਘ ਚੰਨੀ ਕਹਿੰਦੇ ਹਾਲੇ ਵੀ ਵਿਦੇਸ਼ ਦੇ ਵਿੱਚ ਆ ਉਹ ਹਾਰਨ ਤੋਂ ਬਾਅਦ ਬਿਲਕੁਲ ਮੂੰਹ ਜਾਂ ਮੋੜ ਕੇ ਬਹਿ ਗਏ ਪਾਰਟੀ ਤੋਂ ਤੋ ਕਾਂਗਰਸ ਦੇ ਵਿੱਚ ਸਾਰਾ ਕੁਝ ਚੰਗਾ ਨਹੀਂ ਹੈਗਾ ਕਾਂਗਰਸ ਦੇ ਵਿੱਚ ਖਲਬਲੀ ਪਹਿਲਾਂ ਵੀ ਮੱਚੀ ਸੀ ਅੱਜ ਵੀ ਮੱਚੀ ਹੋਈ ਆ ਇਹ ਖਲਬਲੀ ਕਿਵੇਂ ਦੂਰ ਹੋ ਤੇ ਕਾਂਗਰਸ ਕਿਵੇਂ ਪੈਰਾਸਰ ਹੋ ਇਹ ਰੱਬ ਹੀ ਜਾਣਦਾ ਜੀ ਤੇ ਜਦੋਂ ਵਿਕ੍ਰਮ ਜਿਠੀਆ ਹੋਰਾਂ ਦੇ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਉਹਨਾਂ ਨੇ ਵਾਰ-ਵਾਰ ਉਹਨਾਂ ਨੂੰ ਇੱਕ ਸਵਾਲ ਹੋਰ ਕੀਤਾ ਸੀ ਕਿ ਮਨਪ੍ਰੀਤ ਸਿੰਘ ਏਆਲੀ ਜਿਹੜੇ ਕਿ ਇਸ ਵੇਲੇ ਥੋੜਾ ਜਿਹਾ ਬਗਾਵਤੀ ਸੁਰਾਂ ਦੇ ਉੱਪਰ ਨੇ ਜਿਹੜੇ ਕਿ ਥੋੜਾ ਜਿਹਾ ਨਾਰਾਜ਼ ਲੱਗ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਤੇ ਉਹ ਤਾਂ ਕਹਿੰਦੇ ਨੇ ਵੀ ਉਹ ਮੇਰਾ ਭਰਾ ਹੈ ਜਿਵੇਂ ਮਨਾ ਲੈਣ ਦੇਖੋ ਰਾਜਨੀਤਿਕ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਭਰਾਬਾਜ਼ੀਆਂ ਤੇ ਕਈ ਤਰ੍ਹਾਂ ਦੀਆਂ ਵਿਰੋਧਤਾਈਆਂ ਚੱਲਦੀਆਂ ਹੁੰਦੀਆਂ ਹੁਣ ਇਹ ਤਾਂ ਹੋ ਨਹੀਂ ਸਕਦਾ ਵੀ ਭਾਈ ਮਨਪ੍ਰੀਤ ਈਆਲੀ ਨੂੰ ਪੁੱਛਿਆ ਜਾਵੇ ਤੇ ਉਹ ਕੋਈ ਗਲ ਦੁਪੜ ਦੀ ਵਰਤੋਂ ਕਰੇ ਜਾਂ ਕੋਈ ਇਧਰੋਂ ਮਜੀਠੀਆ ਹੋਰਾਂ ਨੂੰ ਪੁੱਛਿਆ ਤੇ ਉਹ ਆਪ ਸ਼ਬਦ ਵਰਤੇ ਮਨਪ੍ਰੀਤ ਈਆਲੀ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਹਰਖ ਹੋ ਸਕਦੇ ਆ ਦੇਖੋ ਜੇ ਉਹਨਾਂ ਨੇ رائے ਦਿੱਤੀ ਪਾਰਟੀ ਨੂੰ ਬਚਾਉਣ ਦੇ ਲਈ ਜਾਂ ਮੁੜ ਖੜੇ ਕਰਨ ਦੇ ਲਈ ਤਾਂ ਉਧਰੋਂ ਵਿਰਸਾ ਸਿੰਘ ਵਲਟੋਹਾ ਹੋਰੀ ਉਹਦੇ ਤੇ ਦੋਸ਼ ਲਾਈ ਜਾਂਦੇ ਆ ਹਾਲਾਂਕਿ ਸਬੂਤ ਕੋਈ ਨਹੀਂ ਗਾ ਪਰ ਦੋਸ਼ ਲਾ ਰਹੇ ਆ ਵੀ ਭਾਈ ਇਹ ਤਾਂ ਜਾ ਕੇ ਮਨਜਿੰਦਰ ਸਿਰਸਾ ਨੂੰ ਮਿਲ ਰਿਹਾ ਇਹ ਤਾਂ ਜੀ ਪਾਰਟੀ ਨੂੰ ਕਮਜ਼ੋਰ ਕਰ ਰਿਹਾ ਇਹ ਤਾਂ ਜੀ ਭਾਜਪਾ ਚ ਜਾਣ ਦੀ ਉਡਾਰੀ ਦੇ ਵਿੱਚ ਐ ਪਰ ਮਨਪ੍ਰੀਤ ਵਾਲੀ ਨੇ ਗੱਲ ਕਹੀ ਐ ਕਿ ਸਾਬਤ ਕਰੋ ਨਹੀਂ ਤਾਂ ਬੋਲੋ ਨਾ ਤੇ ਜੇ ਸਾਬਤ ਕਰਦੇ ਹੋਗੇ ਤਾਂ ਮੈਂ ਰਾਜਨੀਤੀ ਛੱਡ ਦੂੰ ਵੀ ਭਾਈ ਮੈਂ ਦਿੱਲੀ ਚ ਸਿਰਸੇ ਹੋਰਾਂ ਨੂੰ ਅੱਜ ਕੱਲ ਜਾਂ 6 ਮਹੀਨੇ ਦੇ ਵਿੱਚ ਕਦੇ ਮਿਲਿਆ ਵੀ ਆ ਜਾਂ ਫੋਨ ਤੇ ਵੀ ਗੱਲ ਕੀਤੀ ਆ ਸੋ ਊਟ ਪਟਾੰਗ ਗੱਲਾਂ ਜਿਹੜੀਆਂ ਉਹ ਅਕਾਲੀ ਦਲ ਦੇ ਆਗੂ ਕਈ ਸੀਨੀਅਰ ਕਰਦੇ ਵੀ ਆ ਉਸ ਤੋਂ ਕੁਲੀ ਗੱਲ ਇਹ ਹੈ ਜੀ ਕਿ ਵਿਕਰਮ ਸਿੰਘ ਮਜੀਠੀਆ ਨੇ ਕਹੇ ਲੱਖੀ ਆ ਉਹ ਕਹਿੰਦੇ ਜੀ ਕਿ ਮਨਪ੍ਰੀਤਿਆ ਵਾਲੀ ਮੇਰਾ ਭਰਾ ਦੁੱਖ ਸੁੱਖ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਖੜਦੇ ਵੀ ਆ ਜੇ ਮੇਰੇ ਤੇ ਭੀੜ ਪਈ ਤਾਂ ਉਹ ਆਏ ਜੇਕਰ ਉਹਨਾਂ ਤੇ ਪਾਉਗੀ ਮੈਂ ਜਾਊਂਗਾ ਤੇ ਨਾਲੇ ਉਹ ਕਹਿੰਦੇ ਕਿ ਪਰਿਵਾਰ ਦੇ ਵਿੱਚ ਟੱਬਰ ਦੇ ਵਿੱਚ ਏਦਾਂ ਦੀਆਂ ਗੱਲਾਂ ਚਲਦੀਆਂ ਰਹਿਣਗੀਆਂ ਮੈਂ ਆਪੇ ਗੱਲ ਕਰ ਲੂੰਗਾ ਤੇ মিডিਏ ਨੂੰ ਵੀ ਇਹਦੀ ਤਰੱਦਦ ਨਹੀਂ ਕਰਨੀ ਚਾਹੀਦੀ ਵੀ ਭਾਈ ਲੜ ਪਏ ਆ ਹਟ ਗਏ ਆ ਨਹੀਂ ਲੜਦੇ ਲੜ ਪੈਣਗੇ ਏਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਉਹ ਸਾਡੇ ਪਰਿਵਾਰ ਦੇ ਮੈਂਬਰ ਆ ਤੇ ਸਾਡੇ ਪਰਿਵਾਰ ਦੇ ਵਿੱਚ ਹੀ ਮਸਲਾ ਹੱਲ ਹੋ ਜਾਊਗਾ ਜੀ ਜੀ ਬਿਲਕੁਲ ਤੇ ਸਰ ਉਧਰ ਦੂਸਰੇ ਬੰਨੇ ਜੇਕਰ ਆਪਾਂ ਗੱਲ ਕਰੀਏ ਉਹਨਾਂ ਤਸਵੀਰਾਂ ਦੀ ਜਿਹੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਸੀ ਸ਼ੋਮਨੀ ਅਕਾਲੀ ਦਲ ਤੋਂ ਕਿ ਦੇਖੋ ਜੇ ਕਿੰਨੇ ਸਾਰੇ ਲੀਡਰ ਜਿਹੜੇ ਉਹ ਬਾਗੀ ਹੋ ਗਏ ਰਵੀਿੰਦਰ ਸਿੰਘ ਕਾਲੋ ਹੋਰਾਂ ਦੇ ਘਰੋਂ ਤਸਵੀਰਾਂ ਸਾਹਮਣੇ ਆਈਆਂ ਸੀ ਜਿੱਥੇ ਮੀਟਿੰਗ ਦੇ ਵਿੱਚ ਬਹੁਤ ਸਾਰੇ ਮਸ਼ਹੂਰ ਚਿਹਰੇ ਸ਼ੋਮਨੀ ਅਕਾਲੀ ਦਲ ਦੇ ਮੌਜੂਦ ਸੀ ਪਰ ਸੁਖਵੀਰ ਬਾਦਲ ਹੋਰੀ ਨਜ਼ਰ ਨਹੀਂ ਸੀ ਆ ਰਹੇ ਉਹ ਵਾਲਾ ਮੁੱਦਾ ਜਿਹੜਾ ਉਹ ਠੰਡਾ ਪਿਆ ਕਿ ਨਹੀਂ ਦੇਖੋ ਫਿਲਹਾਲ ਤਾਂ ਠੰਡਾ ਪੈ ਗਿਆ ਤੇ ਕੱਲ ਨੂੰ ਉੱਠ ਖੜੇ ਤੇਰੇ ਬਾਰੇ ਕੁਝ ਕਹਿ ਨਹੀਂ ਸਕਦੇ ਇਹ ਮੁੱਦਾ ਇੱਕਦਮ ਉੱਠਿਆ ਸੀ ਪਰ ਉਸ ਤੋਂ ਬਾਅਦ ਇੱਕਦਮ ਠੰਡਾ ਵੀ ਪੈ ਗਿਆ ਪਤਾ ਨਹੀਂ ਵੀ ਜਿਹੜੇ ਬਗਾਵਤ ਕਰਨ ਵਾਲੇ ਆ ਉਹਨਾਂ ਨੂੰ ਕਾਰਵਾਈ ਦਾ ਡਰ ਪੈ ਗਿਆ ਜਾਂ ਉਹਨਾਂ ਨੂੰ ਅੰਦਰ ਖਾਤੇ ਮਨਾ ਲਿਆ ਗਿਆ ਜਾਂ ਉਹ ਵੀ ਹਲੇ ਤੇਲ ਤੇ ਤੇਲ ਦੀ ਧਾਰ ਦੇਖ ਰਹੇ ਆ ਜਾਂ ਦੋਵੇਂ ਤਿਹਰਾ ਇੱਕ ਦੂਜੇ ਦੇ ਮੂੰਹ ਦੇ ਵੱਲ ਦੇਖ ਰਹੀਆਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਇੱਕਦਮ ਤਾਂ ਬੜੇ ਗਰਮ ਹੋਏ ਸੀਗੇ ਜਿਹੜੇ ਬਗਾਵਤ ਕਰਨ ਵਾਲੇ ਆ ਕਿਉਂਕਿ ਉਸ ਦਿਨ ਤਾਂ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਉਹਦੇ ਵਿੱਚ ਮਨਪ੍ਰੀਤ ਈਆੜੀ ਵੀ ਰਵੀਕਰਨ ਕਾਲੂ ਹੋਰੀ ਵੀ ਇਰੇ ਵਿੱਚ ਹੋਰ ਕਈ ਸੀਨੀਅਰ ਨੇਤਾ ਸੀਗੇ ਉਹਨਾਂ ਨੇ ਇਕੱਠੇ ਹੋ ਕੇ ਗੱਲ ਕਹੀ ਸੀ ਕਿ ਅਸੀਂ ਪਾਰਟੀ ਹਾਈ ਕਮਾਂਡ ਤੱਕ ਗੱਲ ਪਹੁੰਚਾਵਾਂਗੇ ਵੀ ਪੰਜਾਬ ਦੇ ਵਿੱਚ ਪਾਰਟੀ ਨੂੰ ਪੈਰਾਂ ਸਰ ਕਿਵੇਂ ਕੀਤਾ ਜਾ ਸਕਦਾ ਮਨਪ੍ਰੀਤਿਆਲੀ ਦੇ ਉੱਤੇ ਸਭ ਤੋਂ ਵੱਧ ਤੋੜਾ ਝਾੜਿਆ ਸੀ ਅਕਾਲੀ ਦਲ ਦੇ ਕੁਝ ਆਗੂਆਂ ਨੇ ਮੈਨੂੰ ਇਹ ਲੱਗਦਾ ਵੀ ਮਨਪ੍ਰੀਤਿਆਲੀ ਅਕਾਲੀ ਦਲ ਕਰਕੇ ਨਹੀਂ ਜਿੱਤਦਾ ਜੇ ਅਕਾਲੀ ਦਲ ਕਰਕੇ ਜਿੱਤਦਾ ਹੋਵੇ ਤਾਂ ਫਿਰ ਤਾਂ ਬਾਕੀ ਵੀ ਜਿੱਤ ਜਾਣ ਉਹ ਹੀ ਕਿਉਂ ਜਿੱਤਦਾ ਜ਼ਿਮਨੀ ਚੋਣ 'ਚ ਵੀ ਜਿੱਤਦਾ ਵਿਧਾਨ ਸਭਾ ਦੀ ਚੋਣ 'ਚ ਵੀ ਜਿੱਤਦਾ ਸੋ ਉਹਦਾ ਆਪਣੇ ਇਲਾਕੇ ਦੇ ਵਿੱਚ ਆਧਾਰ ਹੈਗਾ ਤੇ ਜਿਹੜੀਆਂ ਗੱਲਾਂ ਉਹਨੇ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਕ ਤੇ ਮੇਰਾ ਖਿਆਲ ਹੈ ਵੀ ਉਹਦੇ ਵਿੱਚ ਨਿੱਜੀ ਤੌਰ ਤੇ ਉਹਦਾ ਕੋਈ ਫਾਇਦਾ ਨਹੀਂਗਾ ਹੁਣ ਜਗਮੀਤ ਬਰਾੜ ਹੋਰਾਂ ਨੇ ਸਵਾਲ ਕੀਤੇ ਵੀ ਭਾਈ ਸਾਰਿਆਂ ਨੂੰ ਹੀ ਅਸਤੀਫੇ ਦੇਣੇ ਚਾਹੀਦੇ ਆ ਮੈਨੂੰ ਵੀ ਕੋਰ ਕਮੇਟੀ ਮੈਂਬਰਾਂ ਨੂੰ ਵੀ ਪ੍ਰਧਾਨ ਨੂੰ ਵੀ ਜਨਰਲ ਸਕੱਤਰ ਨੂੰ ਵੀ ਖਜ਼ਾਨਚੀ ਨੂੰ ਵੀ ਮੀਤ ਪ੍ਰਧਾਨ ਨੂੰ ਵੀ ਸੀਨੀਅਰ ਮੀਤ ਪ੍ਰਧਾਨ ਨੂੰ ਵੀ ਬਲਾਕ ਪ੍ਰਧਾਨਾਂ ਨੂੰ ਵੀ ਜ਼ਿਲ੍ਹਾ ਪ੍ਰਧਾਨਾਂ ਨੂੰ ਵੀ ਸਭ ਨੂੰ ਅਸਤੀਫਾ ਦੇਣੇ ਚਾਹੀਦੇ ਆ ਤੇ ਨਵੇਂ ਸਿਰੇ ਤੋਂ ਪਾਰਟੀ ਦਾ ਗਠਨ ਹੋਣਾ ਚਾਹੀਦਾ ਉਹ ਕਹਿੰਦੇ ਵੀ ਤਿੰਨ ਰਕਾਰਜਕਾਰੀ ਪ੍ਰਧਾਨ ਬਣਨੇ ਚਾਹੀਦੇ ਆ ਮਨਪ੍ਰੀਤ ਵਾਲੀ ਮਾਲਵੇ ਦੇ ਰਵਿਕਰਨ ਕਾਲੂ ਮਾਝੇ ਦੇ ਤੇ ਦੋਆਬੇ ਦੇ ਗੁਰਪ੍ਰਤਾਪ ਬਡਾਲਾ ਹੋਰੀ ਪਰ ਇਹ ਗੱਲਾਂ ਨੂੰ ਹੁਣ ਕਬੂਲ ਕੌਣ ਕਰੂਗਾ ਸਵਾਲ ਇਹ ਆ ਸੋ ਵਿਚਾਰ ਰੱਖਣੇ ਮਾੜੀ ਗੱਲ ਨਹੀਂ ਪਰ ਵਿਚਾਰਾਂ ਦੇ ਕਈ ਲੋਕ ਗਲਤ ਅਰਥ ਕੱਢਦੇ ਆ ਵੀ ਭਾਈ ਇਹ ਲੁੱਟੇ ਗਏ ਤਾਂ ਬਰਬਾਦ ਹੋ ਗਏ ਇਹ ਤਾਂ ਜੀ ਕਈ ਧੜਿਆਂ ਚ ਵੰਡੇ ਗਏ ਆ ਪਰ ਇਦਾਂ ਦੀਆਂ ਗੱਲਾਂ ਨਹੀਂ ਹੈਗੀਆਂ ਮੇਰੇ ਖਿਆਲ ਜੀ ਜੀ ਤੇ ਹੁਣ ਗੱਲ ਕਰਦੇ ਆ ਜੀ ਆਪਾਂ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਬਲਕੌਰ ਸਿੰਘ ਹੋਰਾਂ ਦੀ ਕਹਿੰਦੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਆਪਣੇ ਦਿਲ ਦਾ ਦਰਦ ਜਿਹੜਾ ਲੋਕਾਂ ਦੇ ਸਾਹਮਣੇ ਰੱਖਿਆ ਜੀ ਦੇਖੋ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਜਿਹੜਾ ਕੱਲ ਬਿਆਨ ਦਿੱਤਾ ਗਿਆ ਉਦੇ ਉੱਤੇ ਮੈਨੂੰ ਲੱਗਦਾ ਨਹੀਂ ਜੀ ਤੌਰ ਤੇ ਵੀ ਵਿਵਾਦ ਵਧੂਗਾ ਜੇਕਰ ਉਹਨਾਂ ਨੇ ਇੱਕ ਦੋ ਨਾਂ ਨਸ਼ਰ ਕਰਤੇ ਤਾਂ ਇਹਦੇ ਉੱਤੇ ਹੋਰ ਵੀ ਵਿਵਾਦ ਵਧੂਗਾ ਉਹਨਾਂ ਨੇ ਕੱਲ ਇੱਕ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹੀ ਹੈ ਵੀ ਕਈ ਕਲਾਕਾਰ ਵੀ ਮੇਰੇ ਪੁੱਤ ਦੀ ਕਾਮਯਾਬੀ ਤੇ ਲੱਗਦੇ ਸੀ ਤੇ ਉਹਨਾਂ ਦਾ ਵੀ ਮੇਰੇ ਪੁੱਤ ਦੇ ਕਤਲ ਦੇ ਵਿੱਚ ਯੋਗਦਾਨ ਹੋ ਸਕਦਾ ਜ਼ਿੰਮੇਵਾਰ ਹੋ ਸਕਦੇ ਆ ਤੇ ਆਉਂਦੇ ਸਮੇਂ ਦੇ ਵਿੱਚ ਮੈਂ ਉਹਨਾਂ ਲੋਕਾਂ ਦੇ ਨਾਂ ਵੀ ਨਸ਼ਰ ਕਰੂੰਗਾ ਮਨ ਮੈਨੂੰ ਨਹੀਂ ਪਤਾ ਜੀ ਕਿ ਉਹਨਾਂ ਦੇ ਕੋਲੇ ਕੋਈ ਸਬੂਤ ਆ ਕਿਸੇ ਕਲਾਕਾਰ ਦੇ ਬਾਰੇ ਵੀ ਭਾਈ ਇਹਨੇ ਵੀ ਗੈਂਗਸਟਰਾਂ ਤੱਕ ਗੱਲਾਂ ਪਹੁੰਚਾਈਆਂ ਇਹਨੇ ਵੀ ਗਲਤ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਗੁੰਮਰਾਹ ਕੀਤਾ ਪਰ ਉਹਨਾਂ ਨੇ ਆਪਣੀ ਭਾਵਨਾ ਜ਼ਾਹਰ ਕੀਤੀ ਹੈ ਇਸ ਤੋਂ ਪਹਿਲਾਂ ਵੀ 2-3 ਦਿਨ ਪਹਿਲਾਂ ਮੂਸੇਵਾਲਾ ਦੇ ਪਿਤਾ ਨੇ ਗੱਲ ਕਹੀ ਸੀ ਵੀ ਕੁਝਕ ਜਿਹੜੇ ਨਾਲ-ਨਾਲ ਫਿਰਦੇ ਸੀ ਯਾਰ ਬੇਲੀ ਬਣ ਕੇ ਉਹ ਮੇਰੇ ਪੁੱਤ ਨੂੰ ਆਪਣੇ ਕਾਬੂ 'ਚ ਰੱਖਣਾ ਚਾਹੁੰਦੇ ਸੀ ਉਹਦੇ ਕਾਰੋਬਾਰ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਸੀ ਪਰ ਮੇਰਾ ਪੁੱਤ ਇਹੋ ਜਿਹੀ ਤਬੀਅਤ ਦਾ ਮਾਲਕ ਨਹੀਂ ਸੀ ਉਹ ਲਗਾਤਾਰ ਅੱਗੇ ਵਧ ਰਿਹਾ ਸੀ ਉਹਨਾਂ ਦੇ ਕਰਕੇ ਵੀ ਇਹ ਕਤਲ ਹੋਇਆ ਕਿਉਂਕਿ ਉਹ ਅੱਗੇ ਗਲਤ ਗੁਮਰਾਹ ਕਰਦੇ ਰਹੇ ਆ ਸੋ ਉਹ ਕਿਹੜੇ ਬਿੱਤਰ ਆ ਤੇ ਉਹ ਕਿਹੜੇ ਕਲਾਕਾਰ ਆ ਹੁਣ ਇਹ ਤਾਂ ਸਮਾਂ ਦੱਸੂਗਾ ਪਰ ਲੰਘੇ ਕੱਲ ਇਹ ਵੀ ਉਹਨਾਂ ਨੇ ਗੱਲ ਕਹੀ ਆ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੀ ਸ਼ਗਰਪ੍ਰੀਤ ਸਿਰਫ ਇੱਕ ਫੈਨ ਸੀ ਨਾ ਕਿ ਮੈਨੇਜਰ ਸੀ ਪਰ ਉਹਨੇ ਬਾਅਦ ਦੇ ਵਿੱਚ ਨੇੜਤਾ ਵੜਾ ਲਈ ਸੀਗੀ ਸਿੱਧੂ ਦੇ ਨਾਲ ਪਰ ਇਹ ਕਦੇ ਨਹੀਂ ਹੋਇਆ ਜੀ ਕਿ ਉਹ ਮੈਨੇਜਰ ਹੋਵੇ ਸੋ ਇਸ ਤਰੀਕੇ ਦੀਆਂ ਗੱਲਾਂ ਕਰ ਰਹੇ ਆ ਪਰ ਪਤਾ ਨਹੀਂ ਉਹ ਕਦੋਂ ਤੇ ਕਿਹੜੇ ਨਾਮਾਂ ਦਾ ਜ਼ਿਕਰ ਕਰਨਗੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਪਰ ਉਹ ਲਗਾਤਾਰ ਆਪਦੇ ਬਲਬਲੇ ਜ਼ਾਹਰ ਕਰ ਰਹੇ ਆ ਸ਼ਾਇਦ ਉਹਨਾਂ ਦੇ ਕੋਲੇ ਕੋਈ ਸਬੂਤ ਹੱਥ ਲੱਗਿਆ ਹੋਵੇ ਚਲੋ ਜੇ ਲੱਗਿਆ ਸਬੂਤ ਤਾਂ ਉਹਨਾਂ ਨੂੰ ਨਸ਼ਰ ਵੀ ਕਰਨਾ ਚਾਹੀਦਾ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਜੀ ਕਿ ਗੈਂਗਸਟਰਾਂ ਨੇ ਮੇਰੇ ਪੁੱਤ ਨੂੰ ਮਾਰਿਆ ਤੇ ਇਹ ਲੋਕ ਨਵੀਆਂ ਸ਼ਰਟਾਂ ਪਾ ਕੇ ਤੇ ਗੱਡੀਆਂ ਦੇ ਕਾਫਲਿਆਂ ਦੇ ਵਿੱਚ ਪੁਲਿਸ ਦੇ ਨਾਲ ਤਰੀਕਾ ਤੇ ਆਉਂਦੇ ਆ ਸੋ ਗੱਲਾਂ ਉਹਨਾਂ ਦੀ ਇਹ ਤਾਂ ਸਹੀ ਹੈ ਵੀ ਭਾਈ ਇੱਕ ਪਾਸੇ ਬੇਕਸੂਰ ਬੰਦਾ ਮਾਰ ਦਿੱਤਾ ਜਾਂਦਾ ਜਿਨ੍ਹਾਂ ਨੇ ਮਾਰਿਆ ਜਾਂ ਜਿਨ੍ਹਾਂ ਨੇ ਮਰਵਾਇਆ ਤੇ ਉਹਨਾਂ ਦੇ ਉੱਤੇ ਸਰਕਾਰਾਂ ਕਿੰਨਾ ਖਰਚ ਕਰਦੀਆਂ ਸਿਕਿਉਰਟੀਆਂ ਦੇ ਦੇ ਕੇ ਉਹਨਾਂ ਨੂੰ ਨਵੀਆਂ ਸ਼ਰਟਾਂ ਤੇ ਕਿਵੇਂ ਉਹਨਾਂ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾਂਦਾ ਸੋ ਇਹ ਉਹਨਾਂ ਦੇ ਮਨ ਦੇ ਬਲਵਲੇ ਆ ਕੱਲ ਮਾਂ ਵੀ ਉਹਨਾਂ ਦੀ ਜਿਹੜੀ ਚਰਨ ਸਿੰਘ ਆ ਸਿੱਧੂ ਮੂਸੇਵਾਲਾ ਦੀ ਉਹਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਆ ਪੰਜਾਬ ਦੇ ਲੋਕ ਚਾਹੁੰਦੇ ਆ ਵੀ ਉਹਨਾਂ ਦੇ ਟੱਬਰ ਨੂੰ ਇਨਸਾਫ਼ ਮਿਲੇ ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਖੈਰ ਆਪਾਂ ਹੁਣ ਗੱਲ ਕਰਦੇ ਹਾਂ ਜੀ ਇੱਕ ਹੋਰ ਇਹੋ ਜਿਹੇ ਮੁੱਦੇ ਦੀ ਜਿਹੜਾ ਮੁੱਦਾ ਬਹੁਤ ਜ਼ਿਆਦਾ ਪਖਾਉਣ ਦੀ ਕੋਸ਼ਿਸ਼ ਤਾਂ ਕੀਤੀ ਗਈ ਸੀ ਪਰ ਹੁਣ ਲੱਗਦਾ ਹੈ ਕਿ ਸ਼ਾਇਦ ਉਹ ਮੁੱਦਾ ਸ਼ਾਂਤ ਹੋ ਗਿਆ ਹੈ ਲਾਲਜੀਤ ਸਿੰਘ ਭੁੱਲਰ ਹੋਰਾਂ ਦੀ ਵੀਡੀਓ ਦੀ ਗੱਲ ਕਰ ਰਹੀਆਂ ਜਿਹੜੀ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਵਿੱਚ ਵਿਰੋਧੀਆਂ ਨੇ ਇਸ ਮੁੱਦੇ ਨੂੰ ਪਖਾਉਣ ਦੀ ਕੋਸ਼ਿਸ਼ ਕੀਤੀ ਤਰ੍ਹਾਂ ਤਰ੍ਹਾਂ ਦੀ ਬਿਆਨਬਾਜ਼ੀ ਹੋਈ ਇਹ ਮੁੱਦਾ ਹੁਣ ਠੱਪ ਹੋ ਗਿਆ ਹੈ ਕਿ ਨਹੀਂ ਦੇਖੋ ਜੀ ਪਿਛਲੇ ਦਿਨੀ ਸੁਖਪਾਲ ਸਿੰਘ ਖੈਰਾ ਹੋਰਾਂ ਨੇ ਇੱਕ ਵੀਡੀਓ ਬਣਾ ਕੇ ਗੱਲ ਕਹੀ ਸੀ ਵੇ ਇਹ ਦੱਸੇ ਜੀ ਆਮ ਆਦਮੀ ਪਾਰਟੀ ਵੀ ਰਾਸ਼ਟਰਵਾਦੀ ਆ ਜਾਂ ਰਾਸ਼ਟਰ ਦੇ ਖਿਲਾਫ ਚੱਲਣ ਵਾਲੀ ਆ ਉਹਨਾਂ ਨੇ ਕਿਹਾ ਸੀ ਕਿ ਜਦੋਂ 26 ਜਨਵਰੀ ਦੇ ਮੌਕੇ ਲਾਲ ਕਿਲੇ ਤੇ ਝੰਡਾ ਲਹਿਰਾਇਆ ਗਿਆ ਸੀ ਕੇਸਰੀ ਉਦੋਂ ਦੀਪ ਸਿੱਧੂ ਦੇ ਨਾਲ ਲਾਲਜੀਤ ਸਿੰਘ ਪੁੱਲਰ ਜਿਹੜੇ ਕਿ ਹੁਣ ਟਰਾਂਸਪੋਰਟ ਮੰਤਰੀ ਆ ਉਹ ਵੀ ਉੱਥੇ ਸੀ ਉਹਨਾਂ ਨੇ ਕਿਹਾ ਸੀ ਜੀ ਕਿ ਹੁਣ ਇਹ ਕਲੀਅਰ ਕਰੇ ਆਮ ਆਦਮੀ ਪਾਰਟੀ ਵੀ ਭਾਈ ਇਹ ਰਾਸ਼ਟਰ ਧਰੋਈ ਆ ਜਾਂ ਰਾਸ਼ਟਰ ਭਗਤ ਹੈਗੀ ਆ ਲਾਲਜੀਤ ਸਿੰਘ ਪੁੱਲਰ ਹੋਰੀ ਹੁਣ ਕਈ ਦਿਨਾਂ ਦੇ ਬਕਫੇ ਤੋਂ ਬਾਅਦ ਲੱਗੇ ਕੱਲ ਲਾਲਜੀਤ ਸਿੰਘ ਪੁੱਲਰ ਨੇ ਉੱਤਰ ਦਿੱਤਾ ਉਹ ਕਹਿੰਦੇ ਵੀ ਮੈਂ ਇੱਕ ਕਿਸਾਨ ਅਹਤਾਈਸ਼ੀ ਬੰਦਾ ਜਿਵੇਂ ਬਾਕੀ ਕਿਸਾਨ ਜਾਂ ਕਿਸਾਨ ਪ੍ਰੇਮੀ ਗਏ ਤੇ ਮੈਂ ਵੀ ਉੱਥੇ ਗਿਆ ਸੀ ਤੇ ਜਾਣਾ ਵੀ ਚਾਹੀਦਾ ਸੀ ਤੇ ਵਾਰ-ਵਾਰ ਜਾਣਾ ਚਾਹੀਦਾ ਸੀ। ਉਹਨਾਂ ਨੇ ਕਿਹਾ ਜੀ ਕਿ ਇਹਦੇ ਵਿੱਚ ਕੀ ਮਾੜੀ ਗੱਲ ਆ ਵੀ ਜੇਕਰ ਅਸੀਂ ਉੱਥੇ ਗਏ ਸੀ ਅਸੀਂ ਕੋਈ ਦੇਸ਼ਟਰੋਈ ਥੋੜੀਆਂ ਵੀ ਭਾਈ ਉੱਥੇ ਜਾ ਨਹੀਂ ਸਕਦੇ ਜਾਂ ਜਾ ਕੇ ਉੱਥੇ ਦੇਸ਼ਟਰੋਈ ਹੋ ਗਈਆਂ। ਜਦੋਂ ਇੰਨੇ ਲੋਕ ਗਏ ਤਾਂ ਮੈਂ ਵੀ ਆਮ ਲੋਕਾਂ ਵਰਗਾ ਤੇ ਮੈਂ ਵੀ ਆਮ ਲੋਕਾਂ ਦੀ ਗੱਲ ਕਰਨ ਵਾਲਾ ਇਸ ਕਰਕੇ ਮੈਂ ਵੀ ਗਿਆ ਸੀ। ਸੋ ਇਸ ਗੱਲ ਦੇ ਉੱਤੇ ਫੁੱਲ ਸਟਾਪ ਲੱਗ ਗਿਆ। ਵਿਰੋਧੀ ਪਾਰਟੀਆਂ ਅਤੀਤ ਦੇ ਵਿੱਚ ਹੋਏ ਵਾਪਰੇ ਦਾ ਮੁੱਦਾ ਬਣਾ ਬਣਾ ਪੇਸ਼ ਕਰਦੀਆਂ ਜਦ ਕਿ ਜ਼ਰੂਰਤ ਇਸ ਗੱਲ ਦੀ ਹੈ ਕਿ ਲਾਲਜੀਤ ਸਿੰਘ ਭੁੱਲਰ ਨੇ ਬਤੌਰ ਟਰਾਂਸਪੋਰਟ ਮੰਤਰੀ ਕੁਝ ਖਾਦਾ ਤਾਂ ਨਹੀਂ ਕਿਤੇ ਕੁੰਡੀ ਤਾਂ ਨਹੀਂ ਲਾਈ ਉਹਨੇ ਕੰਮ ਕੀ ਹੋਜੇ ਕਿਤੇ ਆ ਇਦਾਂ ਦੇ ਵਿਚਾਰ ਪੇਸ਼ ਹੋਣੇ ਚਾਹੀਦੇ ਆ ਹੁਣ ਵਿਰੋਧੀ ਪਾਰਟੀਆਂ ਗੱਲ ਕਹਿਣੀਆਂ ਵੀ 5 ਮਹੀਨੇ ਦੀ ਕਾਰਗੁਜ਼ਾਰੀ ਪੇਸ਼ ਕੀਤੀ ਹੈ ਡਰਾਮਾ ਮੈਨੂੰ ਨਹੀਂ ਲੱਗਦਾ ਵੀ ਭਾਈ ਇਹ ਡਰਾਮਾ ਹੈਗਾ ਵੱਡਾ ਕਿਉਂਕਿ ਅੱਜ ਤੱਕ ਕਿਹੜੀ ਪਾਰਟੀ ਦੀ ਸਰਕਾਰ ਆ ਕਾਂਗਰਸੀ ਤੇ ਅਕਾਲੀ ਜਿਨ੍ਹਾਂ ਨੇ 5 ਮਹੀਨੇ ਦਾ ਰਿਪੋਰਟ ਕਾਰਡ ਪੇਸ਼ ਕੀਤਾ ਹੋਵੇ ਜਾਂ 5 ਮਹੀਨੇ ਦੇ ਵਿੱਚ ਕੁਝ ਵੀ ਕੀਤਾ ਹੋਵੇ ਉਹ ਆਪਣਾ ਰਿਪੋਰਟ ਕਾਰਡ ਅੱਜ ਵੀ ਰੱਖ ਦੇਣ ਵੀ ਭਾਈ ਇਹਨਾਂ ਨੇ 5 ਮਹੀਨੇ ਦੇ ਵਿੱਚ ਇੰਨਾ ਕੁਝ ਕੀਤਾ ਅਸੀਂ 5 ਮਹੀਨਾਂ ਚ ਨੇਰੀਆਂ ਲਿਆਤੀਆਂ ਸੀ ਅਸੀਂ ਕਮਾਲਾਂ ਕਰਤੀਆਂ ਉਹ ਏਦਾਂ ਦੀ ਤੁਲਨਾ ਨਹੀਂ ਕਰਦੇ ਉਹ ਦੱਸਦੇ ਕੀ ਹੈ ਜੀ ਕਿ ਸਾਲ ਪਹਿਲਾਂ ਫਲਾਣਾ ਫਲਾਣੇ ਨਾਲ ਤੁਰਿਆ ਫਿਰਦਾ ਸੀ 6 ਮਹੀਨੇ ਪਹਿਲਾਂ ਫਲਾਣਾ ਫਲਾਣੇ ਨਾਲ ਫਿਰਦਾ ਸੀ ਫਲਾਣੇ ਦੇ ਉੱਤੇ ਫਲਾਣਾ ਦੋਸ਼ ਲੱਗਾ ਸੀ ਫਲਾਣਾ ਬਹੁਤ ਮਾੜਾ ਮਾੜਾ ਚੰਗਾ ਦੀ ਗੱਲ ਨਹੀਂ ਪੰਜਾਬ ਦੇ ਲੋਕ ਕੀ ਮਹਿਸੂਸ ਕਰਦੇ ਆ ਕਿ ਤੇ ਉਹ ਇਹ ਤੁਲਨਾਤਮਕ ਧਿਆਨ ਕਿਵੇਂ ਕਰਦੇ ਇਹ ਗੱਲ ਜੀ ਪਰ ਗੱਲ ਇਹ ਹੈ ਨਾ ਸਰ ਕਿ ਹਮਾਇਤੀ ਵੀ ਤਾਂ ਫੇਸਬੁੱਕ ਦੇ ਉੱਪਰ ਆਪਸ 'ਚ ਬਿਨਾਂ ਕਿਸੇ ਤੱਤ ਦੇ ਇੱਕ ਬਹੁਤੀ ਵਾਰ ਆਪਸ 'ਚ ਐਵੇਂ ਖੇਬੜ ਪੈਂਦੇ ਨੇ ਕੋਈ ਕਿਸੇ ਨੂੰ ਗਾਲਾਂ ਕੱਢੀ ਜਾਂਦਾ ਕੋਈ ਕਿਸੇ ਨੂੰ ਕੱਢੀ ਜਾਂਦਾ ਕੋਈ ਕਿਸੇ ਦਾ ਸ਼ੁਭਚਿੰਤਕ ਬਣਿਆ ਹੋਇਆ ਕੋਈ ਕਿਸੇ ਦਾ ਲੋਕਾਂ ਦਾ ਖਿਆਲ ਕੀ ਤੁਹਾਨੂੰ ਲੱਗਦਾ ਇਹ ਨਾ ਮੁੱਦਿਆਵਲ ਹੈ ਦੇਖੋ ਜਿਹੜੇ ਗਾਲਾਂ ਕੱਢਣ ਵਾਲੇ ਆ ਉਹ ਇਸ ਦੁਨੀਆ ਦੇ ਪਧਰੇ ਲੋਕ ਨਹੀਂ ਆ ਗੱਲ ਇਹ ਵੀ ਉਹਨਾਂ ਦੇ ਕੋਲੇ ਤਾਂ ਕੋਈ ਮੁੱਦਾ ਹੈ ਹੀ ਨਹੀਂ ਉਹ ਤਾਂ ਜੰਮੇ ਹੀ ਇਸ ਕੰਮ ਲਈ ਆ ਫੇ ਭਾਈ ਉਹਨੂੰ ਮਾੜਾ ਕਹਿ ਲੀਏ ਉਹਨੂੰ ਮਾੜਾ ਕਹਿ ਦਈਏ ਉਹਨਾਂ ਦਾ ਆਪਦਾ ਕੋਈ ਯੋਗਦਾਨ ਨਹੀਂ ਕਾ ਉਹਨਾਂ ਨਾਲ ਨਾ ਰਾਇਆਂ ਤੇ ਨੁਗੋਚਾਂ ਦੇ ਵਿੱਚ ਯਕੀਨ ਰੱਖਣ ਵਾਲੇ ਆ ਉਹਨਾਂ ਦਾ ਜ਼ਿਕਰ ਕਰਨਾ ਹੀ ਨਹੀਂ ਚਾਹੀਦਾ ਉਹਨਾਂ ਨੇ ਕੁਝ ਨਾ ਕੁਝ ਕਹਿੰਦੀ ਰਹਿਣਾ ਉਹਨਾਂ ਨੇ ਆਪ ਕੁਝ ਨਹੀਂ ਕੀਤਾ ਨਾ ਮੱਲੇ ਲਈ ਨਾ ਗਲੀ ਗਵਾੜ ਲਈ ਪਰ ਉਹ ਗੱਲ ਇੱਕ ਪੁਛਦੇ ਕਹਿੰਦੇ ਵੀ ਭਾਈ ਹਰ ਬੰਦਾ ਸਾਨੂੰ ਪੁੱਛ ਕੇ ਗੱਲ ਕਰੇ ਹੁਣ ਦੇਖੋ 5 ਮਹੀਨੇ ਪਹਿਲਾਂ ਆਪਾਂ ਜੀ ਵੋਟਾਂ ਪਾਈਆਂ ਤੇ 5 ਮਹੀਨੇ ਬਾਅਦ ਆਪਾਂ ਹੀ ਗੱਲਾਂ ਕੱਢੀ ਜਾਂਦੇ ਆ ਇਹ ਤਾਂ ਫਿਰ ਸਾਡੀ ਗਲਤੀ ਹੈ ਨਾ ਇਹਦੇ باوجود ਉਸ ਤੋਂ ਕੋਈ ਗੱਲ ਇਹ ਹੈ ਜੀ ਕਿ ਸੰਤੁਸ਼ਟ ਜਾਂ ਅਸੰਤੁਸ਼ਟ ਹੋਣਾ ਇਹ ਇੱਕ ਸਾਲ ਬਾਅਦ رائے ਬਣਾਉਣੀ ਚਾਹੀਦੀ ਹੈ ਇਹ ਕਿੰਨੇ ਕੁ ਜੋਗੇ ਆ ਕੀ ਕਰ ਸਕਦੇ ਆ ਇਹਦੇ ਬਾਰੇ ਹੁਣੇ ਧਾਰਨਾ ਨਹੀਂ ਬਣਨੀ ਚਾਹੀਦੀ ਸਮਾਂ ਦੱਸੂਗਾ ਵੀ ਭਾਈ ਇਹ ਸਿਫਤ ਦੇ ਹੱਕਦਾਰ ਹੈ ਜਾਂ ਲੜਨ ਤਾਂ ਪੈਣੀਆਂ ਇਹਦੇ ਲਈ ਤਾਂ ਉਡੀਕ ਕਰਨੀ ਪੈਣੀ ਆ ਪਰ ਇਹ ਗੱਲ ਜ਼ਰੂਰ ਆ ਵੀ ਪੰਜਾਬ ਦੇ ਲੋਕ ਇੱਕ ਆਸ ਦੀ ਨਿਗਾ ਨਾਲ ਦੇਖ ਰਹੇ ਆ ਜੇ ਪੰਜਾਬ ਦੇ ਲੋਕਾਂ ਦੀ ਕਿਸਵੱਟੀ ਤੇ ਆਮ ਆਦਮੀ ਪਾਰਟੀ ਖੜੀ ਉਤਰੀ ਤਾਂ ਬਹੁਤ ਚੰਗੀ ਗੱਲ ਆ ਨਹੀਂ ਤਾਂ ਫਿਰ ਦੇਖੋ ਕੀ ਬਣਦਾ ਜੀ ਜੀ ਸੋ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਆਈ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ